ਤੇ ਜਿਹੜੀ ਆਮ ਲੋਕਾਂ ਦੇ ਵਿੱਚ ਚਰਚਾ ਹੈ ਉਹਨਾਂ ਦਾ ਕਹਿਣਾ ਇਹ ਹੈ ਕਿ ਜੇ ਸਰਦਾਰ ਹਰਜੀਤ ਸਿੰਘ ਗਰੇਵਾਲ ਦਿਲੋਂ ਜਗਦੀਸ਼ ਕੁਮਾਰ ਜੱਗਾ ਦੇ ਨਾਲ ਚੱਲਦੇ ਤਾਂ ਇਹ 100% ਜਿੱਤ ਜਾਂਦੇ। ਉਸ ਬਾਰੇ ਕੀ ਕਹਿਣਾ? ਦਿਲੋਂ ਕਿੱਦਾਂ ਚੱਲਣਾ ਹੁੰਦਾ ਉਹ ਦੱਸੋ। ਤੁਹਾਡੀ ਇੱਕ ਗੱਲ ਦੇ ਵਿੱਚ ਇੱਕ ਹੋਰ ਉੱਤਰ ਨਿਕਲ ਕੇ ਆ ਰਿਹਾ ਵੀ ਤੁਸੀਂ ਕਿਹਾ ਫੁੱਲ ਦੇ ਨਿਸ਼ਾਨ ਤੇ ਮੋਹਰਾ ਲਾਇਓ। ਕਿਸੇ ਨੂੰ ਇਹ ਕਿਹਾ ਸੀ ਕਿ ਜਗਦੀਸ਼ ਕੁਮਾਰ ਜੱਗਾ ਫੁੱਲ ਦੇ ਨਿਸ਼ਾਨ ਤੇ ਖੜਿਆ ਉਹਨੂੰ ਮੋਹਰਾ ਲਾਇਓ। ਸ਼ਹਿਰ ਦੇ ਵਿੱਚ ਨਾ ਕਿਤੇ ਇਹ ਚਰਚਾ ਜ਼ਰੂਰ ਹੈ ਕਿ ਸਰਦਾਰ ਹਰਜੀਤ ਸਿੰਘ ਗਰੇਵਾਲ ਨੂੰ ਰਾਜਪੁਰ ਤੋਂ ਕਿਤੇ ਨਾ ਕਿਤੇ ਟਿਕਟ ਨਹੀਂ ਮਿਲੀ, ਇਸ ਕਰਕੇ ਉਹਨਾਂ ਨੇ ਜਗਦੀਸ਼ ਕੁਮਾਰ ਜੱਗਾ ਦੀ ਖੁੱਲ੍ਹ ਕੇ ਖਿਲਾਫਤ ਕਰੀ ਹੈ ਅੰਦਰੋਂ ਅੰਦਰੀ ਕਿ ਆਪਣਾ ਜਗਦੀਸ਼ ਕੁਮਾਰ ਜੱਗਾ ਜੇ ਜਿੱਤ ਜਾਂਦਾ ਤਾਂ ਇਹ ਸੀਟ ਜਿਹੜੀ ਹੈ ਪੱਕੀ ਹੋ ਜਾਂਦੀ, ਅਗਲੀ ਵਾਰ ਫਿਰ ਤੁਸੀਂ ਲੜਨਾ। ਦੁਬਾਰਾ ਵੀ ਨਹੀਂ ਇੱਥੋਂ ਲੜਨਾ। ਅਤੇ ਉੱਪਰ ਲੀਡਰਸ਼ਿਪ ਜਿਹੜੀ ਹੈ ਜਵਾਬ ਲੈ ਰਹੀ ਹੈ ਤੁਹਾਡੇ ਤੋਂ ਕਿ ਤੁਹਾਡੇ ਹਲਕੇ ਦੇ ਵਿੱਚ ਬੰਦਾ ਤੁਹਾਡਾ ਹਾਰ ਗਿਆ? ਸਾਰੇ ਹਲਕਿਆਂ 'ਚ ਆ ਰਿਹਾ, ਮੇਰੇ ਹਲਕੇ 'ਚ ਸਪੈਸ਼ਲ ਆ ਰਿਹਾ ਤੁਹਾਡਾ। ਤੁਸੀਂ ਸੀਨੀਅਰ ਲੀਡਰ ਹੋ ਨੈਸ਼ਨਲ, ਤੁਹਾਡਾ ਹੁਣ ਨੈਸ਼ਨਲ ਕਿਤੇ ਨਾ ਕਿਤੇ ਤੁਹਾਨੂੰ ਅਹੁਦਾ ਮਿਲਣ ਵਾਲਾ ਆਉਣ ਵਾਲੇ ਦਿਨਾਂ ਦੇ ਵਿੱਚ, ਤੁਹਾਨੂੰ ਜਵਾਬ ਤਾਂ ਦੇਣਾ। ਵੈਸੇ ਹੀ ਮੈਂ ਰਾਸ਼ਟਰੀ ਕਾਰਜਕਾਰਨੀ ਦਾ ਮੈਂਬਰ ਹਾਂ ਤੇ ਤੁਹਾਨੂੰ ਜਵਾਬ, ਅਸੀਂ ਤਾਂ 117 ਸੀਟਾਂ ਦੀ ਜਵਾਬ ਦੇ ਹਾਂ। ਵਿਧਾਇਕ ਤਾਂ ਤੁਸੀਂ ਬਣਾ ਨਹੀਂ ਸਕੇ ਜਗਦੀਸ਼ ਕੁਮਾਰ ਜੱਗਾ ਨੂੰ, ਕੋਈ ਵੱਡਾ ਅਹੁਦਾ ਦਵਾਓਗੇ ਕੇਂਦਰ ਤੋਂ? ਮੈਂ ਕੌਣ ਆ ਦਵਾਉਣ ਵਾਲਾ? ਤੁਹਾਡੀ ਚੱਲਦੀ ਹੈ ਇਸ ਕਰਕੇ ਤੁਸੀਂ ਦਵਾਓਗੇ? ਨਾ, ਮੈਂ ਕੋਈ ਨਹੀਂ ਚਲਾਉਂਦਾ ਇੱਦਾਂ। ਹਾਂਜੀ ਹਾਂਜੀ, ਮੈਂ ਸਧਾਰਨ ਜਿਹਾ ਬੰਦਾ ਔਰ ਬੀਜੇਪੀ ਦਾ ਤੇ ਆਰਐਸਐਸ ਦਾ ਸਮਰਪਿਤ ਕਾਰਜਕਰਤਾ ਸੰਸੇਵਕ ਹਾਂ, ਤੇ ਮੈਂ ਕਦੇ ਵੀ ਇੱਦਾਂ ਦੀਆਂ ਉੱਚੀਆਂ ਉੱਚੀਆਂ ਗੱਲਾਂ ਨਹੀਂ ਕਰਦਾ। ਇਹ ਤਾਂ ਫੁਕਰੇ ਆਦਮੀ ਕਰਦੇ ਹੁੰਦੇ ਆ, ਮੈਂ ਕੋਈ ਫੁਕਰਾ? ਕਿਉਂਕਿ ਮੈਂ ਇਸ ਕਰਕੇ ਗਰੇਵਾਲ ਸਾਹਿਬ, ਮੈਂ ਇਸ ਕਰਕੇ ਗੱਲ ਕਰ ਰਿਹਾ ਕਿ ਜਿਨ੍ਹਾਂ ਨਾਲ ਵੀ ਤੁਹਾਡੀ ਕੋਈ ਗੱਲ ਹੋਈ ਹੋਣੀ ਉਹੀ ਜਾ ਕੇ ਜਗਦੀਸ਼ ਕੁਮਾਰ ਜੱਗੇ ਨੂੰ ਕਹਿ ਰਹੇ ਹੈ ਵੀ ਸਰਦਾਰ ਹਰਜੀਤ ਸਿੰਘ ਗਰੇਵਾਲ ਨੇ ਤੁਹਾਡੀ ਖੁੱਲ੍ਹ ਕੇ ਖਿਲਾਫਤ ਕਰੀ ਹੈ ਵੀ ਵੋਟ ਜੱਗੇ ਨੂੰ ਨਹੀਂ ਪਾਣੀ ਜੋ ਮਰਜ਼ੀ ਹੋ ਜਾਵੇ। ਦੇਖੋ, ਲੋਕ ਇਹੋ ਜਿਹੇ ਸਵਾਲ ਵੈਸੇ ਮੈਨੂੰ ਨਾ ਪੁੱਛੋ, ਲੋਕ ਝੂਠੇ ਆ। ਜਿਹੜਾ ਕਹਿੰਦਾ ਮੇਰੇ ਸਾਹਮਣੇ ਲੈ ਕੇ ਆਓ, ਫਿਰ ਗੱਲ ਕਰੋ। ਔਰ ਕਹਿਣ ਨੂੰ ਤਾਂ ਲੋਕ ਝੂਠੀਆਂ ਗੱਲਾਂ ਇੱਥੇ ਵਿਹਲੇ ਬਹੁਤ ਘੁੰਮਦੇ ਆ। ਕਿਉਂਕਿ ਕੱਲ੍ਹ ਮੀਟਿੰਗ ਹੋਈ ਹੈ, ਉਹਨਾਂ ਨੇ ਇਹ ਗੱਲ ਕਹੀ ਹੈ ਵੀ ਜਿਹੜੇ ਬੰਦਿਆਂ ਨੇ ਗੱਦਾਰੀ ਕੀਤੀ ਹੈ ਪਾਰਟੀ ਦੇ ਨਾਲ ਉਹ ਸਾਰਾ ਕੁਝ ਪਤਾ ਲੱਗ ਚੁੱਕਿਆ, ਰਿਕਾਰਡਿੰਗਾਂ ਉਹਨਾਂ ਕੋਲ ਹੈ ਵੀ ਜਿਹੜੇ ਜਿਹੜੇ ਬੰਦਿਆਂ ਨੇ ਜਿਹੜੇ ਬੰਦਿਆਂ ਨੂੰ ਜਾ ਕੇ ਕਹੀ। ਦੇਣਾ ਰਿਕਾਰਡਿੰਗ, ਰਿਕਾਰਡਿੰਗ ਹੋਵੇ ਮੈਂ ਸਿਆਸਤ ਛੱਡ ਦੂੰਗਾ। ਹਰਜੀਤ ਸਿੰਘ ਗਰੇਵਾਲ ਦੀ ਰਿਕਾਰਡਿੰਗ ਹੋਵੇ ਕਿ ਮੈਂ ਕਿਸੇ ਨੂੰ ਕਿਹਾ ਕਮਲ ਦੇ ਨਿਸ਼ਾਨ ਤੇ ਵੋਟ ਨਾ ਪਾਓ। ਜਗਦੀਸ਼ ਕੁਮਾਰ ਜੱਗਾ ਦੇ ਜੱਗੇ ਦਾ ਜੋ ਕਾਰਨ ਤੁਹਾਨੂੰ ਦੱਸਿਆ ਜਾ ਰਿਹਾ ਉਹ ਨਹੀਂ ਹੈ? ਮੈਨੂੰ ਨਹੀਂ ਪਤਾ। ਸਮਝ ਗਿਆ ਗੱਲ? ਬਨੂੜ ਤੋਂ ਕਿਉਂ ਘੱਟ ਵੋਟਾਂ ਪਈਆਂ ਬੀਜੇਪੀ ਨੂੰ? ਬਨੂੜ ਤਾਂ ਤੁਹਾਡਾ ਗੜ੍ਹ ਸੀਗਾ। ਤੇ ਮੈਨੂੰ ਬੁਲਾਇਆ ਉੱਥੇ? ਹਾਂਜੀ, ਇਹੀ ਤਾਂ ਮੈਂ ਕਹਿ ਰਹੀ ਕਿ ਤੁਹਾਨੂੰ ਨਾਰਾਜ਼ਗੀ ਕਿਤੇ ਨਾ ਕਿਤੇ ਹੈ ਵੀ ਤੁਹਾਨੂੰ ਨਹੀਂ ਬੁਲਾਇਆ ਗਿਆ? ਮੈਨੂੰ ਕੋਈ ਨਾਰਾਜ਼ਗੀ ਨਹੀਂ। ਦੇਖੋ, ਮੈਂ ਉਹਦਾ ਵਿਰੋਧ ਕਰਦਾ ਰਿਹਾ, ਉਹਨੇ ਕਦੇ ਮੇਰੇ ਲਈ ਹਲਕੀ ਗੱਲ ਨਹੀਂ ਕੀਤੀ। ਦੱਸ ਦਿਓ ਤੁਸੀਂ ਕੀਤੀ ਹੈ? ਤੇ ਉਹ ਪੋਲੀਟੀਸ਼ੀਅਨ ਹੈ, ਉਹ ਹਲਕੀ ਗੱਲ ਇਸ ਕਰਕੇ ਨਹੀਂ ਕਰ ਰਹੇ ਸੀ, ਉਹ ਵੀ ਚਰਚਾ ਸੀਗੀ ਵੀ ਤੁਹਾਡੀ ਕਈ ਵਾਰ ਮੀਟਿੰਗ ਉਹਨਾਂ ਦੇ ਨਾਲ ਹੋਟਲਾਂ 'ਚ ਹੋ ਚੁੱਕੀ ਹੈ, ਆਪਸ ਵਿੱਚ ਤਾਲਮੇਲ ਕਰਕੇ ਚਲਦੀ ਨਹੀਂ। ਮੇਰੀ ਮੀਟਿੰਗ ਦਾ ਚਰਨਜੀਤ ਬਰਾੜ ਮੇਰਾ ਸਭ ਤੋਂ ਬੜਾ ਨੇੜੇ ਦਾ ਮਿੱਤਰ ਆ, ਸਭ ਤੋਂ ਨੇੜੇ ਦਾ ਮਿੱਤਰ ਆ ਸਰਦਾਰ। ਤਾਂ ਉਹ ਵਿਰੋਧ ਨਹੀਂ, ਸਰਦਾਰ ਸੁਖਬੀਰ ਸਿੰਘ ਬਾਦਲ ਨਾਲ ਮੇਰੇ ਬਹੁਤ ਅੱਛੇ ਰਿਲੇਸ਼ਨ ਆ। ਕੇਜਰੀਵਾਲ ਜੀ ਜਦੋਂ ਮੈਂ ਖਾਦੀ ਬੋਰਡ ਦਾ ਚੇਅਰਮੈਨ ਸੀ, ਮੇਰੇ ਦਫ਼ਤਰ ਆਏ ਨੇ 2 ਵਾਰ, ਤੇ ਇਹਦਾ ਮਤਲਬ ਮੈਂ ਉਸ ਪਾਰਟੀ ਦਾ ਵੀ ਦਲਾਲ ਹਾਂ। ਜਦੋਂ ਵੀ ਹਰਦਿਆਲ ਸਿੰਘ ਗਰੋਹ ਤੋਂ ਤੁਸੀਂ ਸੀਨੀਅਰ ਹੋ ਰਾਜਨੀਤੀ 'ਚ, ਅਰੇ ਸੀਨੀਅਰ ਜੂਨੀਅਰ ਤਾਂ ਹੁਣ ਕੀ ਰਹਿ ਗਿਆ? ਤੁਹਾਡੇ ਤੋਂ ਹੀ ਸਿੱਖਿਆ ਲੈ ਕੇ ਚੱਲਦੇ ਰਹੇ ਹੈ ਉਹ ਪਿਛਲੀ ਸਰਕਾਰ ਦੇ ਵਿੱਚ ਆਪਣੀ। ਸ਼ਾਬਾਸ਼ ਸ਼ਾਬਾਸ਼। ਮੇਰੀ ਤਾਂ ਕਦੇ ਵਿਚਾਰੇ ਨਾਲ 2 ਵਾਰ ਮੁਲਾਕਾਤ ਹੋਈ, ਤਾਂ ਹੀ ਉਹ ਤੁਹਾਡੇ ਬਾਰੇ ਕੁਝ ਨਹੀਂ ਬੋਲਦੇ ਸੀਗੇ। ਨਹੀਂ ਨਹੀਂ, ਮੈਡਮ ਨੀਨਾ ਮਿੱਤਲ ਬਾਰੇ ਤਾਂ ਬੋਲਦੇ ਜੀ ਖੁੱਲ ਕੇ, ਜੱਗੇ ਬਾਰੇ ਬੋਲਦੇ ਜੀ, ਤੁਹਾਡੇ ਬਾਰੇ ਨਹੀਂ ਬੋਲਦੇ ਸੀਗੇ, ਤਾਂ ਲੋਕ ਕਹਿੰਦੇ ਵੀ ਇਹਨਾਂ ਦੀ ਕਈ ਵਾਰੀ ਮੁਲਾਕਾਤ ਹੋ ਚੁੱਕੀ ਹੈ ਹੋਟਲਾਂ ਦੇ ਵਿੱਚ। ਮੈਂ ਕਈ ਪਲਾਟਾਂ ਦੇ ਕਬਜ਼ੇ ਹਟਾਏ, ਜਿਨ੍ਹਾਂ ਨੇ ਕਬਜ਼ੇ ਕਰ ਕੀਤੇ ਆ, ਕਰਾਏ ਆ, ਉਹ ਤੁਹਾਡੇ ਹੀ ਮਿੱਤਰ ਆ ਸਾਰੇ। ਹਾਂ, ਤੁਸੀਂ ਵੀ ਭੁਗਤਾਨ ਕੀਤਾ, ਮੈਨੂੰ ਕੋਈ ਕਹਿ ਦੇ ਮੈਂ ਕਿਸੇ ਦੇ ਕਬਜ਼ੇ ਕਰਵਾਏ ਆ, ਮੈਨੂੰ ਕੋਈ ਕਹਿ ਦੇ ਕਿ ਮੈਂ ਕੋਈ ਗਲਤ ਕੰਮ ਕੀਤਾ, ਕਹਿ ਦੇ ਮੈਂ ਝੂਠੀ ਆ। ਕਿਹਨਾਂ ਨੇ ਕਬਜ਼ੇ ਕਰਾਏ ਸੀ? ਕਿਹਨਾਂ ਨੇ ਪਲਾਟਾਂ ਦੇ ਕਬਜ਼ੇ ਕਰਾਏ ਸੀ? ਤੁਹਾਡੇ ਸਾਰੇ ਯਾਰ ਮਿੱਤਰ ਘੁੰਮਣ ਵਾਲੇ, ਸਾਡਾ ਤਾਂ ਸਾਰਾ ਸ਼ਹਿਰ ਉਹਦੇ ਤੁਸੀਂ ਲੱਭ ਲਓ, ਤੁਸੀਂ ਤਾਂ ਮੈਨੂੰ ਪਤਾ ਤਾਂ ਲੱਗੇ, ਤੁਸੀਂ ਤਾਂ ਖੋਜੀ ਪੱਤਰਕਾਰ, ਅਸੀਂ ਤਾਂ ਖੋਜੀ ਪੱਤਰਕਾਰ ਹਾਂ, ਤਾਂ ਹੀ ਤੁਹਾਡੇ ਕੋਲ ਬੈਠੇ ਆ।
मैं हाँ संदीप चौधरी, मैं थोड़ा स्वागत करता न्यूज़ 18 पंजाब दे विच। जिवें कि 2022 दीयां चोणां खत्म हो चुकी हैं ते नतीजे आ चुके हैं, आम आदमी पार्टी ने वड्डा बहुमत लैके पंजाब दे विच सरकार बना ली है ते होर पार्टियां भी बुरी तरह पंजाब दे विच आम आदमी पार्टी तो हारी है, जिन्हां दे विच बीजेपी भी जिहड़ी नैशनल पार्टी है उन्हां दा भी दो सीटां आई हैं ते उह भी बड़ी बुरी तरह जिहड़ी है पंजाब दे विच हार चुकी है। ते जे गल करिए राजपुरा सीट दी, राजपुरा सीट तो जगदीश कुमार जग्गा चुनाव लड़े सी, जितों सरदार हरजीत सिंह गरेवाल चुनाव लड़दे सी ते पिछली बार लड़े सीगे चुनाव, ते इस बार भी जिहड़ी है ये सीट बीजेपी हार चुकी। आपां पुछदे हां की कारण रहे हैं पंजाब दे विच ते राजपुरा सीट ते। गरेवाल साहब, तुहाडा स्वागत करता न्यूज़ 18 पंजाब दे विच। शुक्रिया। की कमियां रह गईयां जी इस बारी बीजेपी जिहड़ी इन्नी बुरी तरह हारी? नहीं, बीजेपी पंजाब च बुरी तरह नहीं हारी कह सकते। साढ़े कोल पहला ही दो सीटां सी, पहला तीन जीतियां सी असीं। सोम प्रकाश जी MP बन गए सी ते फिर असीं उह 22 इलैक्शन वी हार गए सी फगवाड़े तों, ते हुण साडा 1.5% दा वोट शेयर भी वधिया। और हार तां होई है श्रोमणी अकाली दल दी ते कांग्रेस दी, उन्हां दा वोट शेयर बहुत घट गया और नाल नाल उन्हां दे दिग्गज जिहड़े सारे हार गए। साडा तां पंजाब दा प्रधान भी जित्तिया पठानकोट तों, और जिथे राजपुरे दी तुसीं गल करदे हो राजपुरे च असीं वोट शेयर अच्छा लिया और उह भी ठीक रहा। इस तों ज़्यादा वोट BJP दे मतलब समझ लो इन्नी नेरी जिहड़ी झुल्ली आ आम आदमी दी, उहदे च इस तों ज़्यादा वोट नहीं हो सकदे सी। एक जानी जी ने 35,000 लए आ, एक मनोरंजन कालिया 127 वोटां ते हारे आ, ते इस तरह करके असीं बहुत सीटां ते अच्छा परफॉर्म किया ते इस सीट ते भी वोट शेयर सानूं अच्छा मिलिया। ते दूसरा इहदे कारण ने कई साडे ते एक साल लगातार हमले हुंदे रहे वर्करां ते, और उह स्टेट स्पोंसर्ड सीगे, कांग्रेस करवाउंदी सी ते सरकार करवाउंदी सी, मुकदमे दर्ज नहीं हुंदे सी। तुसीं ते इत्थे गवाह हो कि साढ़े 3 वार तां मेरे दफ्तरां ते हमला हो गया, FIR कराई ते FIR उह अननोन परसन ते करदे सी। एक रात पूरी साढ़े BJP दे लीडरां नूं इत्थे बंदी बना के रखिया उहनां ने, ते उहदे च वी रात नूं हाई कोर्ट दे चीफ जस्टिस ने ऑर्डर कीते कि इहनां नूं छुड़वाओ, तां सवेरे 4-5 बजे कढ़े ने उह। और जदों कि भारत दा गृह मंत्री JP नड्डा जी ते बाकी सब नूं इस दी जानकारी सी बराबर, DGP नाल बराबर गल हो रही सी, CM नाल उस वेले गल हो रही सी, पर उस दे बावजूद भी ये दशा कीती। और मेरी फसल उखाड़ती, किसान फसल पालदा उन्होंने उखाड़ती, वो किसान तो हो नहीं सकते। जदों कैप्टन अमरिंदर सिंह दे घर दे बाहर गए असी स्यापा कीता, ये चीफ मिनिस्टर सीगे उदों, अंदर सानू मिले ने ते सानू कहिंदे जी मैं मुकदमा दर्ज करवाउणा, बहुत सख्त कार्रवाई करूँगा। अननोन परसन से मुकदमा दर्ज करता ते हाई कोर्ट जाना पिया, ते हाई कोर्ट तो 22 नेम परचा दर्ज होया। ये भी 3 केस इतों के भी हाई कोर्ट च ने साडे, ठीक है, वह उतों हो रहा। तो जदों इस तरह की हालात हो पंजाब की, लोगों ने इन्हों भी नहीं बख्शिया। कैप्टन अमरिंदर सिंह भी इसलिए हारे ने, लोगों का गुस्सा सी, ते बाकी भी सारे जिहड़े सी चन्नी वगैरह इसलिए हार गए। फिर वो सोचते सी पंजाब नूं जातां च पातां च धर्मां च वर्गां च ऊंच नीच च वंड के असी वोटां लै लांगे, दलित मुख्यमंत्री बनाता जी। ये गुरु नानक दी धरती है, इत्थे कोई दलित नहीं है, कोई उच्चा नहीं है, कोई नीवा नहीं है, ते गुरु नानक दी बाणी है। ते इस करके मैं ये समझदा कि लोगों ने वो नकारता, जिहड़ी कांग्रेस भी बन रही सी जातां धर्मां वर्गां च, ते चन्नी नूं दोनों सीटां तो हराता, दोनों सीटां ते दलित समाज ज़्यादा रहिंदा जी, ये भी पता कर लो भदौर ते चमकौर साहब ते। ते इस तरह ही BJP दा तो बहुत अच्छा आगाज़ होया, लोगों नूं तीजा बदल चाहीदा सी, ये दोनों ही देख ले सी, दोनों नूं ठग समझदे सी जी। ते उन्हां नूं तीजा बदल भाजपा नहीं बन पाई, उहदा कारण आ कि सानूं 2 महीने दा तां मौका मिलिया, सानूं तां कहिंदे सी इहनां नूं कोई उम्मीदवार नहीं मिलना, साढ़े कोल एस्पायरेंट आ गए, 5,000 एप्लीकेशन आईयां टिकटां लैण वालां दीआं, इसे मजबूरी च अमरिंदर सिंह नाल समझौता करना पिया, इसे मजबूरी च ढींसर साहब नाल करना पिया, ते कैंडिडेट भी तां देने सी, पर उस दे बावजूद भी भाजपा ने बहुत अच्छा परफॉर्म किया। और आने वाला टाइम तुसीं देखना कि असी लोगों कॉन्फिडेंस देंगे, जिस तरह आम आदमी पार्टी ने कल ही काम करता पहले दिन ही, बई पार्टी की रैली है उन्हों की, रोड शो कर रहे हैं, मत नतमस्तक होने जा रहे दरबार साहब, जे तुहानूं चाहीदा होवे तां मैं दे दूंगा, जिहड़े गवर्नमेंट ने पैसे अलॉट किए ने बसों लई, हर DC नूं 2-2 लख रुपया गया 23 जिलों च, और हर 25-25 लख रुपया अलग तो गया। तो वो सर पंजाब के लोगों का टैक्स का पैसा, टैक्स कोई इंडस्ट्रियलिस्ट नहीं देंदे खाली,
टैक्स आम आदमी भी दिंदा, जिहड़ा टूथपेस्ट खरीदण जांदा जी एस टी लगता उत्ते, जिहड़ा आटा खरीदण जांदा जी एस टी लगता। वह गरीबां दा पैसा गरीबां दे भले ते खर्च होना चाहिए। वह भगवंत मान जी तुसीं तां बदलना आए सी, तुसीं बिगाड़न आ गए, ये पहले दिन ही तुसीं लोकां दा पैसा बर्बाद करता और नजायज़ किया, और वह तुहानूं आपदे वर्करां तों इकट्ठे करके लाउणा चाहीदा सी। जे अच्छा दूसरा मेरी गल सुण लो, हुण खटखड़ कलां तुसीं ओथ टेकिंग सैरेमनी है, शहीद शहीद आजम भगत सिंह नूं असीं भी नतमस्तक हुंदे हां, वह भी हुण सारे हुण, पर जे राजपाल निवास 'च हो जाती, गवर्नर हाउस 'च हो जाती तां पैसा बहुत घट लगना सी, उत्थे भी सादा समारोह कर लैण तां बहुत घट लगना सी। 2 करोड़ रुपया सरकार दा बर्बाद कर रहे आ, 2 करोड़ नहीं हो रहा, जिन्नी मशीनरी जिन्ना पुलिस प्रशासन उत्थे लगेगा ते जिन्ना उत्थे 4-5 लाख लोगों का अरेंजमेंट उन्होंने करना आपदा शो करन दे लई, आपदे आप नूं दिखाउण दे लई, उत्थे 10 करोड़ रुपया लगेगा, 2 करोड़ नहीं लगेगा, सरकार का पैसा लगेगा। ये पैसा किहदा जा रहा? पंजाब का जा रहा। तुसीं तां राजनीति बदलना इस तुसीं बिगाड़न आ गए, इहनां नूं कोई पुछण वाला नहीं। असीं इहनां नूं हर पॉइंट ते एक्सपोज करांगे, सानूं जनता ने ड्यूटी दित्ती है बीजेपी नूं, और बीजेपी आउण वाले लोक सभा की तैयारी 'च आ, और असीं मैं तुहानूं इत्थों दावे नाल कहना कि बीजेपी लोक सभा के अंदर 13 चों 10 सीटां जरूर जीत के जाएगी, और बहुत अच्छा असं परफॉर्म करांगे, और आम आदमी पार्टी के नकजदम कर देंगे जो गलत काम करेंगे, असं नहीं कर देना। जे जे ये तो रहेगी पंजाब की गल, जे करिए आप लोकल गल, सीट हार चुके तुसी, तो जी आम लोगों के बीच चर्चा है, उन्होंने कहना यह है कि जे सरदार हरजीत सिंह गरेवाल दिलों जगदीश कुमार जग्गा के नाल चलते तो 100% जीत जाते। उस बारे की कहना दिलों किदा चलना हों दसो जी। कोई एक आदमी ये कह दे, मेरे तो जिन्हें भी फोन करके पूछया, मैं क्या भाई कमल के निशान से मोहर लाओ, जदों मैनू बुलाया उदों ही मैं आया, पहले दिन ही मैं सारे वर्करां नू बुला के इन्हां दी मीटिंग कराती, जदों कि तो उन्होंने जानते भी नहीं सी, ठीक है, तो सारी की सारी टीम उन्होंने लगी रही, मेरी पार्टी ने डेरा बसी ड्यूटी लगाती, इन्हां ने मैनू कदें बुलाया नहीं है, तो बिना बुलाए मैं कितने तुरै फिर गलत आया, मतलब कितने ना कितने नाराजगी सी इलेक्शन दे विच। ना ना मेरी कोई नाराजगी नहीं है, मेरा तो बच्चा वर्गा तुसीं तां सीगे जो पहले दिन, मैं 6 महीने पहला तुहानूं कहा सी वी इहनूं जग्गे नूं टिकट मिलनी है, फिर जगदीश कुमार जग्गा फुल दे निशान ते खड़े उहनूं मोहरा लायो। मैं किसी दे लई क्यों कहना जी, कमल का निशान है पूरे देश 'च साडा, कमल का निशान जग्गे तो अलग हो गया, कुछ साडे व्यक्तिवादी राजनीति नहीं है, तो बीजेपी तो है नहीं कि मैं बीजेपी की राजनीति शहर के कितने ना कितने ये चर्चा जरूर है कि सरदार हरजीत सिंह गरेवाल को राजपुर तो कितने ना कितने टिकट नहीं मिली, इस करके उन्होंने जगदीश कुमार जग्गा की खुल के खिलाफत करी है अंदरों अंदरी कि अपना जगदीश कुमार जग्गा जो जीत जाता तो यह सीट जी पक्की हो जाती अगली बार, फिर तुम दोबारा भी नहीं इतों लड़ना, थानू किने कहता मैं नहीं लड़ना इतों, इतों कोई बीजेपी का वर्कर लड़ूगा वो मेरा ही रूप होगा, पर मैं नहीं लड़ना इतों दोबारा, ठीक है गल, मैं साफ हुंदा, मैनू कोई होर स्थान मिल रहा, मैनू कोई जरूरत नहीं, मेरा रोल मेरी पार्टी तय करती है, मेरा संगठन तय करता, मैं अपना रोल, मैं साधारण वर्कर नहीं है, मैं अपना रोल आप तय करना, मैनू तो उन्होंने दसना, उन्होंने दसता मैनू मैं की करना, उही मैं करूँगा जो मैनू कहणगे, ते उपर लीडरशिप जिहड़ी है जवाब लै रही है तुहाडे तो कि तुहाडे हलके दे विच बंदा तुहाडा हार गया, तो सारे हल्कों च आ रहा, मेरे हल्के स्पैशल आ रहा, सीनियर लीडर हो नैशनल, हुण नैशनल कितने ना कि उदा मिलन वाला आने वाले दिनों, तुहानूं जवाब तो देना, वैसे ही मैं राष्ट्रीय कार्यकारिणी का मैंबर हाँ, तुहानूं जवाब, असीं तो 117 सीटां लई जवाब दे हां, असीं कोई राजपुरा सीट लई जवाब दे हां, चलो विधायक तो तुसीं बना नहीं सके जगदीश कुमार जग्गा नूं, कोई वड्डा अहुदा दवाओगे केंद्र तों, मैं कौन आ दवाउण वाला, ਤੁਹਾਡੀ ਚਲਦੀ ਹੈ ਇਸ ਕਰਕੇ ਤੁਸੀਂ ਦਵਾਉਂਗੇ, ਨਾ ਮੈਂ ਕੋਈ ਨਹੀਂ ਚਲਾਉਂਦਾ ਇਦਾਂ, ਹਾਂਜੀ ਹਾਂਜੀ, ਮੈਂ ਸਧਾਰਨ ਜਿਹਾ ਬੰਦਾ ਔਰ ਬੀਜੇਪੀ ਦਾ ਤੇ ਆਰਐਸਐਸ ਦਾ ਸਮਰਪਿਤ ਕਾਰਜਕਰਤਾ ਸਵੈ ਸੇਵਕ ਹਾਂ, ਅਤੇ ਮੈਂ ਕਦੇ ਵੀ ਇੱਦਾਂ ਦੀਆਂ ਉੱਚੀਆਂ ਉੱਚੀਆਂ ਗੱਲਾਂ ਨਹੀਂ ਕਰਦਾ, ਇਹ ਤਾਂ ਫੁਕਰੇ ਆਦਮੀ ਕਰਦੇ ਹੁੰਦੇ ਆ, ਮੈਂ ਕੋਈ ਫੁਕਰਾ, ਕਿਉਂਕਿ ਮੈਂ ਇਸ ਕਰਕੇ ਗਰੇਵਾਲ ਸਾਹਿਬ ਮੈਂ ਇਸ ਕਰਕੇ ਗੱਲ ਕਰ ਰਿਹਾ ਕਿ ਜਿਨ੍ਹਾਂ ਨਾਲ ਵੀ ਤੁਹਾਡੀ ਕੋਈ ਗੱਲ ਹੋਈ ਹੋਣੀ ਉਹੀ ਜਾ ਕੇ ਜਗਦੀਸ਼ ਕੁਮਾਰ ਜੱਗੇ ਨੂੰ ਕਹਿ ਰਹੇ ਹੈ ਵੀ ਸਰਦਾਰ ਹਰਜੀਤ ਸਿੰਘ ਗਰੇਵਾਲ ਨੇ ਤੁਹਾਡੀ ਖੁੱਲ੍ਹ ਕੇ ਖਿਲਾਫਤ ਕਰੀ ਹੈ ਵੀ ਵੋਟ ਜੱਗੇ ਨੂੰ ਨਹੀਂ ਪਾਣੀ ਜੋ ਮਰਜ਼ੀ ਹੋ ਜਾਵੇ। देखो लोग यही जो सवाल वैसे मैं ना पुछो, लोग झूठे है जिहड़ा कहिंदा मेरे सामने लैके आओ फिर गल करो, और कहने तो लोग झूठियां गल्लां इत्थे बेले बहुत घूमते हैं, क्योंकि कल मीटिंग हुई है उन्होंने ये गल कही है भी जिहड़े बंदियां ने गद्दारी की है पार्टी के नाल वह सारा कुछ पता लग चुका है, रिकॉर्डिंग उन्होंने कोल है भी जिहड़े जिहड़े बंदियां ने जिहड़े बंदियां नूं जाके कही देना रिकॉर्डिंग, रिकॉर्डिंग हो मैं सियासत छड़ दूंगा, हरजीत सिंह गरेवाल की रिकॉर्डिंग हो कि मैं किसी को क्या कमल के निशान से वोट ना पाओ, मतलब जगदीश कुमार जग्गा दे जग्गे का जो कारण तुहानू दस्या जा रहा है वो नहीं है, मैनू नहीं पता
ਕੀ ਕਾਰਨ ਆ ਕੀ ਨਹੀਂ ਆ, ਪਰ ਜੇ ਮੇਰੇ ਬਾਰੇ ਸਾਬਤ ਕਰਦੇ ਹੋ ਕਿ ਮੈਂ ਇਹ ਗੱਲ ਕਹੀ ਆ, ਮੈਂ ਰਾਜਨੀਤੀ ਛੱਡ ਦੂੰਗਾ, ਸਿਆਸਤ ਛੱਡ ਦੂੰਗਾ, ਮੇਰੇ ਲਈ ਗਾਲ ਆ ਮੇਰੇ ਵਰਗੇ ਬੰਦੇ ਲਈ। ਇਹ ਘਟੀਆ ਲੋਕ ਨੇ ਜਿਹੜੇ ਇੱਦਾਂ ਦੀਆਂ ਗੱਲਾਂ ਕਰਦੇ ਆ। ਮੈਂ ਬੀਜੇਪੀ ਦਾ ਸਮਰਪਿਤ ਕਾਰਜਕਰਤਾ, ਸਮਝ ਗਿਆ ਗੱਲ। ਬਨੂੜ ਤੋਂ ਕਿਉਂ ਘੱਟ ਵੋਟਾਂ ਪਈਆਂ ਬੀਜੇਪੀ ਨੂੰ? ਬਨੂੜ ਤਾਂ ਤੁਹਾਡਾ ਗੜ੍ਹ ਸੀਗਾ। ਅਤੇ ਮੈਨੂੰ ਬੁਲਾਇਆ ਉੱਥੇ? ਹਾਂਜੀ, ਇਹੀ ਤਾਂ ਮੈਂ ਕਹਿ ਰਹੀ ਕਿ ਤੁਹਾਨੂੰ ਨਾਰਾਜ਼ਗੀ ਕਿਤੇ ਨਾ ਕਿਤੇ ਹੈ ਵੀ ਤੁਹਾਨੂੰ ਨਹੀਂ ਬੁਲਾਇਆ ਗਿਆ। ਮੈਨੂੰ ਕੋਈ ਨਾਰਾਜ਼ਗੀ ਨਹੀਂ, ਮੈਨੂੰ ਕੋਈ ਨਾਰਾਜ਼ਗੀ। ਅਸੀਂ ਜਗਦੀਸ਼ ਕੁਮਾਰ ਜੱਗਾ ਨੂੰ ਪੁੱਛਾਂਗੇ ਵੀ ਕਿਉਂ ਨਹੀਂ ਬੁਲਾਇਆ ਤੂੰ ਹਰਜੀਤ ਸਿੰਘ ਗਰੇਵਾਲ ਨੂੰ, ਕਿਉਂ ਨਹੀਂ ਆਪਣੀ ਕੰਪੇਨਿੰਗ ਦੇ ਵਿੱਚ ਕੀਤਾ? ਬਾਈ ਮੈਂ ਜਿੱਥੇ ਜਿਹਨੇ ਮੇਰੇ ਤੋਂ ਪੁੱਛਿਆ ਮੈਂ ਕਹਿਤਾ। ਇੱਕ ਦਿਨ ਮੈਂ ਉਹ ਸਾਰੇ ਵਰਕਰ ਬੁਲਾ ਕੇ ਮਿਲਵਾਤੇ ਸੀ ਔਰ ਉਹ ਉਹਨਾਂ ਦੇ ਘਰ ਮਿਲ ਕੇ ਗਏ ਆ, ਉੱਥੇ ਭੋਜਨ ਵੀ ਕਰਕੇ ਗਏ, ਖਾਣਾ ਵੀ ਖਾ ਕੇ ਗਏ ਆ, ਅਤੇ ਹੋਰ ਮੈਂ ਕੀ ਕਰ ਸਕਦਾ। ਅਤੇ ਜਿਹੜੇ ਬਾਕੀ ਵੀ ਪੰਜਾਬ 'ਚ ਹਾਰ ਗਏ ਉਹ ਵੀ ਸਾਰੇ ਮੈਂ ਹਰਾਤੇ ਹੈਂ। ਮੈਂ ਤਾਂ ਬਹੁਤ ਸੀਟਾਂ 'ਤੇ ਘੁੰਮਦਾ ਵੈਸੇ, ਅਤੇ ਉਹ ਵੀ ਸਾਰੇ ਮੈਂ ਹੀ ਹਰਾਏ ਆ। ਡੇਰਾਬੱਸੀ ਸੀਟ 'ਤੇ 27,600 ਵੋਟ ਪਈ ਆ। ਉਹ ਕੈਂਡੀਡੇਟ ਤਾਂ ਇਹ ਕਹਿੰਦਾ ਜੇ ਗਰੇਵਾਲ ਸਾਹਿਬ ਨਾਲ ਆਉਂਦੇ ਤਾਂ ਮੈਨੂੰ 5,000 ਪੈਣੀ ਸੀ। ਉਹ ਤਾਂ ਇਹ ਕਹਿੰਦਾ ਪੁੱਛ ਲਿਓ ਜਾ ਕੇ ਤੁਸੀਂ ਉਹਦੀ ਇੰਟਰਵਿਊ ਕਰੋ ਨਾ, ਅਤੇ ਮੈਨੂੰ ਰੋਜ਼ ਫੋਨ ਕਰਦਾ ਗਰੇਵਾਲ ਸਾਹਿਬ ਤੁਹਾਡਾ ਬਹੁਤ ਧੰਨਵਾਦ। ਉਹ NK ਸ਼ਰਮਾ ਦੇਖੋ ਕਿਵੇਂ ਭੁੱਬਾ ਮਾਰ ਕੇ ਰੋਂਦਾ, ਕਹਿੰਦਾ ਵੀ ਇਹ BJP 27,600 ਵੋਟ ਲੈ ਗਈ, ਮੈਨੂੰ 27,600 ਤੋਂ ਹੀ ਰਾਤਾ, ਅਤੇ ਉਹ ਤੋਂ ਪੁੱਛ ਲਓ। ਚਲੋ ਚਲੋ ਜੇ ਗੱਲ ਕਰੀਏ ਸਰਦਾਰ ਹਰਦਿਆਲ ਸਿੰਘ ਕੰਬੋਜ ਦੀ, ਬੜੀ ਬੁਰੀ ਤਰ੍ਹਾਂ ਹਾਰੇ ਆ, ਕੀ ਕਾਰਨ ਸਮਝਦੇ? ਦੇਖੋ ਹਰਦਿਆਲ ਸਿੰਘ ਕੰਬੋਜ, ਪਹਿਲੀ ਗੱਲ ਤਾਂ ਇਹ ਹੈ ਕਿ ਉਹ ਇੱਕ ਪੋਲੀਟੀਸ਼ਨ ਆ, ਵਿਰੋਧ ਦੇ ਲਈ ਵਿਰੋਧ ਹੁੰਦਾ, ਅਤੇ ਉਹਨੇ ਇਸ ਹਲਕੇ 'ਚ ਉਹਦੀ ਆਪਣੀ ਪਕੜ ਆ, ਇਹੋ ਜਿਹੀਆਂ ਪ੍ਰਸਥਿਤੀਆਂ ਦੇ ਅੰਦਰ ਵੀ 28,000 ਵੋਟ ਲੈ ਜਾਣਾ, ਉਹਦਾ ਇੰਨਾ ਵਿਰੋਧ ਹੋਣ ਦੇ ਬਾਵਜੂਦ 28,000 ਵੋਟ ਲੈ ਜਾਣਾ, ਅਤੇ ਮੈਂ ਸਮਝਦਾ ਬਹੁਤ ਬੜੀ ਗੱਲ ਆ ਉਹਦੇ ਲਈ ਵੀ। ਮੈਂ ਐਵੇਂ ਕਿਸੇ ਦਾ ਤੁਸੀਂ ਕਿੰਨੀ ਸੋਚੀ ਖੜੇ ਸੀਗੇ ਵੋਟ ਕੀ ਵੀ ਕੰਬੋ ਨੂੰ ਕਿੰਨੀ ਵੋਟ ਪਏਗੀ? ਨਹੀਂ ਮੈਂ ਸੋਚਦਾ, ਮੈਂ ਕਾਹਦੇ ਲਈ ਸੋਚਣਾ? ਤੁਸੀਂ ਕਹਿ ਰਹੇ ਹੋ ਨਾ 28,000 ਵੋਟ ਲੈ ਗਏ, ਬਹੁਤ ਵਧੀਆ, ਮਤਲਬ ਪੋਲੀਟੀਸ਼ਨ ਹੈ, ਇੰਨੀ ਵਿਰੋਧਤਾ ਤੋਂ ਬਾਅਦ ਲੈ ਗਏ, ਤੁਸੀਂ ਕਿੰਨੀ ਸੋਚੀ ਸੀ? ਕਿਉਂਕਿ ਵਿਰੋਧ ਬਹੁਤ ਸੀਗਾ, ਤੁਸੀਂ ਕਿੰਨਾ ਸੋਚਿਆ ਸੀ ਕਿੰਨੀ ਵੋਟ ਪਏਗੀ? ਦੇਖੋ ਮੈਂ ਉਹਦਾ ਵਿਰੋਧ ਕਰਦਾ ਰਿਹਾ, ਉਹਨੇ ਕਦੇ ਮੇਰੇ ਲਈ ਹਲਕੀ ਗੱਲ ਨਹੀਂ ਕੀਤੀ, ਦੱਸ ਦਿਓ ਤੁਸੀਂ ਕੀਤੀ ਹੈ? ਤੇ ਉਹ ਪੋਲੀਟੀਸ਼ਨ ਹੈ, ਉਹ ਹਲਕੀ ਗੱਲ ਇਸ ਕਰਕੇ ਨਹੀਂ ਕਰ ਰਹੇ ਸੀ, ਉਹ ਵੀ ਚਰਚਾ ਸੀਗੀ ਵੀ ਤੁਹਾਡੀ ਕਈ ਵਾਰ ਮੀਟਿੰਗ ਉਹਨਾਂ ਦੇ ਨਾਲ ਹੋਟਲਾਂ 'ਚ ਹੋ ਚੁੱਕੀ ਹੈ, ਆਪਸੀ ਤਾਲਮੇਲ ਕਰਕੇ ਚੱਲਦੀ। ਨਹੀਂ ਮੇਰੀ ਮੀਟਿੰਗ ਦਾ ਚਰਨਜੀਤ ਬਰਾੜ ਮੇਰਾ ਸਭ ਤੋਂ ਬੜਾ ਨੇੜੇ ਦਾ ਮਿੱਤਰ ਆ, ਸਭ ਤੋਂ ਨੇੜੇ ਦਾ ਮਿੱਤਰ ਆ ਸਰਦਾਰ, ਤਾਂ ਵਿਰੋਧ ਸਰਦਾਰ ਸੁਖਬੀਰ ਸਿੰਘ ਬਾਦਲ ਨਾਲ ਮੇਰੇ ਬਹੁਤ ਅੱਛੇ ਰਿਲੇਸ਼ਨ ਆ। ਕੇਜਰੀਵਾਲ ਜੀ ਜਦੋਂ ਮੈਂ ਖਾਦੀ ਬੋਰਡ ਦਾ ਚੇਅਰਮੈਨ ਸੀ ਮੇਰੇ ਦਫ਼ਤਰ ਆਏ ਨੇ 2 ਵਾਰ, ਤੇ ਇਹਦਾ ਮਤਲਬ ਮੈਂ ਉਸ ਪਾਰਟੀ ਦਾ ਮਤਲਬ ਜਾਂਦਾ ਵੀ ਹਰਦਿਆਲ ਸਿੰਘ ਕੰਬੋਜ ਤੋਂ ਤੁਸੀਂ ਸੀਨੀਅਰ ਹੋ ਰਾਜਨੀਤੀ 'ਚ? ਅਰੇ ਸੀਨੀਅਰ ਜੂਨੀਅਰ ਤਾਂ ਹੁਣ ਕੀ ਰਹਿ ਗਿਆ, ਤੁਹਾਡੇ ਤੋਂ ਹੀ ਸਿੱਖਿਆ ਲੈ ਕੇ ਚੱਲਦੇ ਰਹੇ ਹਾਂ ਉਹ ਪਿਛਲੀ ਸਰਕਾਰ ਦੇ ਵਿੱਚ ਆਪਣੀ। ਸ਼ਾਬਾਸ਼ ਸ਼ਾਬਾਸ਼, ਨਹੀਂ ਲੋਕ ਕਹਿ ਰਹੇ ਆ, ਨਿਊਜ਼ 18 ਨਹੀਂ ਕਹਿ ਰਿਹਾ ਜੀ, ਮੈਂ ਤੁਹਾਨੂੰ ਖੁੱਲੀ ਗੱਲ ਪੁੱਛ ਰਿਹਾ। ਮੇਰੀ ਤਾਂ ਕਦੇ ਵਿਚਾਰੇ ਨਾਲ 2 ਵਾਰ ਮੁਲਾਕਾਤ ਹੋਈ, ਤਾਂ ਹੀ ਉਹ ਤੁਹਾਡੇ ਬਾਰੇ ਕੁਝ ਨਹੀਂ ਬੋਲਦੇ ਸੀਗੇ? ਨਹੀਂ ਨਹੀਂ, ਮੈਡਮ ਨੀਨਾ ਮਿੱਤਲ ਬਾਰੇ ਤਾਂ ਬੋਲਦੇ ਜੀ ਖੁੱਲ ਕੇ, ਜੱਗੇ ਬਾਰੇ ਬੋਲਦੇ ਜੀ, ਤੁਹਾਡੇ ਬਾਰੇ ਨਹੀਂ ਬੋਲਦੇ ਸੀਗੇ, ਤਾਂ ਲੋਕ ਕਹਿੰਦੇ ਵੀ ਇਹਨਾਂ ਦੀ ਕਈ ਵਾਰੀ ਮੁਲਾਕਾਤ ਹੋ ਚੁੱਕੀ ਹੈ ਹੋਟਲਾਂ ਦੇ ਵਿੱਚ। ਮੈਂ ਕਈ ਪਲਾਟਾਂ ਦੇ ਕਬਜ਼ੇ ਹਟਾਏ ਜਿਨ੍ਹਾਂ ਨੇ ਕਬਜ਼ੇ ਕਰ ਕੀਤੇ ਆ, ਕਰਾਏ ਆ, ਉਹ ਤੁਹਾਡੇ ਹੀ ਮਿੱਤਰ ਆ ਸਾਰੇ, ਤੇ ਹਾਂ ਤੁਸੀਂ ਵੀ ਭੁਗਤਾਨ ਕੀਤਾ। ਮੈਂ ਕਿਸੇ ਦੇ ਕਬਜ਼ੇ ਕਰਵਾਏ ਆ, ਮੈਨੂੰ ਕੋਈ ਕਹਿ ਦੇ ਕਿ ਮੈਂ ਕੋਈ ਗਲਤ ਕੰਮ ਕੀਤਾ, ਝੂਠੀ ਆ ਮੇਰਾ ਕੰਮ ਨਹੀਂ ਹੈ, ਮੇਰੀ ਕੋਈ ਮੈਂ ਵਿਰੋਧ ਦੀ ਰਾਜਨੀਤੀ ਨਹੀਂ ਕਰਦਾ। ਤੇ ਨੀਨਾ ਮਿੱਤਲ ਨੂੰ ਕੀ ਮੁਬਾਰਕਾਂ ਦੇਣਾ ਚਾਹੋਗੇ? ਬਿਲਕੁਲ ਮੁਬਾਰਕਾਂ ਨੇ, ਮੇਰੀ ਛੋਟੀ ਭੈਣ ਆ ਉਹ, ਤੇ ਉਹਨੂੰ ਵੀ ਮੁਬਾਰਕਾਂ ਨੇ। ਤੇ ਤੁਹਾਨੂੰ ਲੱਗਦਾ ਵੀ ਰਾਜਪੁਰਾ ਹਲਕਾ ਹੁਣ ਵਧੀਆ ਤਰੀਕੇ ਨਾਲ ਚਲਾ ਪਾਏਗੀ ਮੈਡਮ? ਉਹਨਾਂ ਲੋਕਾਂ ਨੇ ਫਤਵਾ ਦਿੱਤਾ, ਉਹਨਾਂ ਲੋਕਾਂ ਲਈ ਉਹਦੀ ਜ਼ਿੰਮੇਵਾਰੀ ਹੈ, ਨਾ ਕਿ ਮੇਰੇ ਲਈ, ਠੀਕ ਹੈ ਨਾ ਗੱਲ। ਇਸ ਕਰਕੇ ਉਹਨੇ ਬਹੁਤ ਅੱਛਾ ਕੀਤਾ ਔਰ ਅੱਗੇ ਮੈਨੂੰ ਲੱਗਦਾ, ਮੈਨੂੰ ਉਮੀਦ ਆ ਅੱਛਾ ਪਰਫਾਰਮ ਕਰੂਗੀ। ਮੈਂ ਤਾਂ ਭਗਵੰਤ ਮਾਨ ਨੂੰ ਵੀ ਵਧਾਈ ਦਿੰਦਾ, ਕੇਜਰੀਵਾਲ ਜੀ ਨੂੰ ਵੀ ਦਿੰਦਾ ਕਿ ਉਹਨਾਂ ਦੀ ਜਿੱਤ ਹੋਈ ਹੈ। ਡੈਮੋਕ੍ਰੇਸੀ ਦੀ ਖੂਬਸੂਰਤੀ ਇਹੀ ਹੈ ਕਿ ਅਸੀਂ ਸਾਰਾ ਕੁਛ ਜਿਹਨੂੰ ਉਹਨਾਂ ਨੂੰ ਜਿੱਤਦਾ ਦਿੱਤਾ ਕਿ ਬਈ ਤੁਸੀਂ ਜ਼ਿੰਮੇਦਾਰੀ ਨਾਲ ਸਾਰੀਆਂ ਸਮੱਸਿਆਵਾਂ ਦਾ ਹੱਲ ਕਰੋ, ਜਿੱਥੇ ਉਹ ਗਲਤ ਕਰਦੇ ਆ ਉੱਥੇ ਠੋਕ ਕੇ ਵਿਰੋਧ ਕਰਾਂਗੇ, ਜੇ ਮੇਰੀ ਭੈਣ ਵੀ ਗਲਤ ਕਰੂਗੀ ਉਹਦੇ ਬਾਰੇ ਵੀ ਕਹਾਂਗੇ ਭਾਈ। ਆਖਰੀ ਕੁਐਸਚਨ ਹੈ ਮੇਰਾ, ਹੁਣ ਹਰਜੀਤ ਸਿੰਘ ਗਰੇਵਾਲ ਦਾ ਰਾਜਨੀਤਿਕ ਜੀਵਨ ਕਿੱਥੇ ਹੈ, ਰਾਜਪੁਰੇ 'ਚ ਹੈ ਕਿ ਕਿਤੇ ਬਾਹਰ ਹੈ ਕਿ ਕੇਂਦਰ 'ਚ ਹੈ? ਉਹ ਮੇਰਾ ਸੰਗਠਨ ਤੈਅ ਕਰਦਾ ਮੇਰੇ ਲਈ, ਮੈਂ ਆਪਣੇ ਆਪ ਕੁਛ ਨਹੀਂ ਤੈਅ ਕਰਦਾ। ਜਿਹੜੇ ਐਵੇਂ ਹਲਕੇ ਲੋਕ ਹੁੰਦੇ ਆ ਨਾ ਸੰਗਠਨ ਦੇ ਅੰਦਰ, ਜਮਾਤ ਕਰਾਮਾਤ ਹੁੰਦੀ ਆ, ਉਹ ਕਹਿੰਦੇ ਹੁੰਦੇ ਆ ਮੈਂ ਹੁਣ ਆਹ ਕਰੂੰਗਾ ਹੁਣ ਆਹ ਕਰੂੰਗਾ, ਉਹ ਹਲਕੇ ਲੋਕ ਕਹਿੰਦੇ ਆ। ਦੱਸਿਆ ਜਾ ਰਿਹਾ ਲੋਕ ਸਭਾ ਚੋਣਾਂ ਲੜਨ ਦੀ ਤਿਆਰੀ ਕਰ ਰਹੇ? ਨਹੀਂ, ਮੈਂ ਕੋਈ ਲੋਕ ਸਭਾ ਨਹੀਂ ਲੜਨੀ ਅਜੇ, ਅਤੇ ਮੈਂ ਜੋ ਤਿਆਰੀ ਕਰ ਰਿਹਾ ਉਹ ਮੇਰੇ ਸੰਗਠਨ ਨੇ ਤੈਅ ਕਰਤਾ, ਅਤੇ ਜਦੋਂ ਸਾਹਮਣੇ ਆਊਗਾ ਤੁਹਾਨੂੰ ਵੀ ਦੱਸਾਂਗੇ। ਕੈਪਟਨ ਅਮਰਿੰਦਰ ਸਿੰਘ ਦੇ BJP ਦੇ ਵਿੱਚ ਸ਼ਾਮਿਲ ਮਤਲਬ ਨਾਲ ਗੱਠਜੋੜ ਕਰਕੇ ਤੁਹਾਨੂੰ ਕਿੰਨਾ ਕੁ ਫਾਇਦਾ ਹੋਇਆ?
ਕੈਪਟਨ ਅਮਰਿੰਦਰ ਸਿੰਘ ਨਾਲ ਤਾਂ ਸਾਡੀ ਮਜਬੂਰੀ ਸੀ ਜਿਹੜਾ ਗਠਜੋੜ ਹੋਇਆ। ਹਾਂਜੀ ਹਾਂਜੀ। ਉਸ ਵੇਲੇ ਲੋਕ ਕਹਿੰਦੇ ਸਾਡੇ ਕੋਲ ਕੈਂਡੀਡੇਟ ਨਹੀਂ ਹੋਣੇ, ਅਸੀਂ ਲੜਾਈ ਲੜਨੀ ਸੀ, ਤੇ ਉਹਦੇ 'ਚ ਕਾਫੀ ਸਹਿਯੋਗ ਹੋਇਆ, ਪਰ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦੇ ਲੋਕਾਂ ਨੇ ਨਕਾਰਤਾ। ਠੀਕ ਹੈ ਨਾ ਗੱਲ। ਹੁਣ ਗਵਰਨਰ ਲਾ ਰਹੇ ਹੈ? ਨਹੀਂ, ਮੈਨੂੰ ਨਹੀਂ ਪਤਾ ਕੀ ਲਾ ਰਹੇ ਹੈ, ਚਰਚਾ ਹੈ, ਮੈਨੂੰ ਨਹੀਂ ਪਤਾ। ਠੀਕ ਹੈ, ਮੈਂ ਗਵਰਨਰ ਅਜੇ ਤਾਂ ਕੋਈ ਗੱਲ ਨਹੀਂ ਹੈ, ਅਜੇ ਤਾਂ ਸਾਰੇ ਗਵਰਨਰ ਲੱਗੇ ਹੋਏ ਆ, ਤੇ ਉਹ ਤਾਂ ਮੋਦੀ ਜੀ ਨੇ ਲਾਉਣਾ ਤੇ ਉੱਪਰ ਬਾਕੀ ਲੀਡਰਸ਼ਿਪ ਨੇ ਤੈਅ ਕਰਨਾ। ਅਜੇ ਕੋਈ ਐਸੀ ਚਰਚਾ ਨਹੀਂ ਹੈ, ਔਰ ਨਾ ਹੀ ਮੈਂ ਇਹਨਾਂ ਚੀਜ਼ਾਂ 'ਚ ਧਿਆਨ ਦਿੰਦਾ ਹੁੰਦਾ। ਪਹਿਲਾਂ ਕਿੰਨੇ ਗਵਰਨਰ ਲੱਗੇ ਆ, ਕਿੰਨੇ ਜਾਣਦੇ ਆ, ਕਿੰਨੇ ਨਹੀਂ ਜਾਣਦੇ, ਸਾਨੂੰ ਕੋਈ ਫਰਕ ਪੈਂਦਾ? ਅਸੀਂ ਤਾਂ ਪਾਰਟੀ ਦੇ ਕਾਰਜਕਰਤਾ ਹੈਗੇ ਹਾਂ, ਜ਼ਮੀਨੀ ਲੈਵਲ 'ਤੇ ਕੰਮ ਕਰਨਾ ਉਹ ਕਰ ਰਹੇ ਹਾਂ, ਲੋਕਾਂ ਦੀਆਂ ਸਮੱਸਿਆਵਾਂ ਉਠਾਉਣੀਆਂ ਨੇ ਉਹ ਠੋਕ ਕੇ ਉਠਾਉਣੇ ਆ, ਅਤੇ ਤੁਹਾਡੇ ਵਰਗੇ ਸਾਡੇ ਸਾਨੂੰ ਆਸ਼ੀਰਵਾਦ ਦਿੰਦੇ ਰਹਿੰਦੇ ਆ, ਅਸੀਂ ਖੁਸ਼ ਰਹਿੰਦੇ ਹਾਂ ਉਹਦੇ 'ਚ। ਮੈਂ ਤਾਂ ਨਾਨਕ ਨੀਵਾਂ ਜੋ ਚੱਲੇ ਲਾਗੇ ਨਾ ਤਾਤੀ ਬਹੁ, ਨਰਮਾਈ ਨਾਲ ਚੱਲਣਾ ਚਾਹੀਦਾ। ਹੰਕਾਰ ਆ ਸੋ ਮਾਰਿਆ, ਹੰਕਾਰ ਨਹੀਂ ਹੈ ਮੇਰੇ 'ਚ, ਨਾ ਮੈਂ ਕਦੇ ਹੰਕਾਰ ਕਰਦਾ। ਮੈਂ ਤਾਂ ਆਮ ਸਧਾਰਨ ਲੋਕਾਂ 'ਚੋਂ, ਉਹਨਾਂ ਦਾ ਸੇਵਕ ਹਾਂ, ਜਦੋਂ ਤੱਕ ਸੇਵਾ ਹੋਊਗੀ ਕਰਾਂਗੇ, ਜਦੋਂ ਨਹੀਂ ਹੋਊਗੀ ਆਪਣਾ ਆਰਾਮ ਨਾਲ ਬੈਠ ਜਾਵਾਂਗੇ। ਠੀਕ ਹੈ, ਹਾਂ, ਧੰਨਵਾਦ ਜੀ। ਇਹ ਸੀਗੇ ਸਰਦਾਰ ਹਰਜੀਤ ਸਿੰਘ ਗਰੇਵਾਲ, ਜਿਨ੍ਹਾਂ ਨੇ ਸਾਰੀ ਗੱਲਾਂ ਦਾ ਜਵਾਬ ਬੜੇ ਵਧੀਆ ਤਰੀਕੇ ਨਾਲ ਦਿੱਤਾ, ਅਤੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣਾ ਇਹ ਹੋਏਗਾ ਕਿ ਜੋ ਵਿਪਕਸ਼ ਦੇ ਵਿੱਚ ਤਕੜਾ ਵਿਪਕਸ਼ ਹੈ ਰਾਜਪੁਰੇ, ਜ਼ਿਆਦਾ ਵੋਟਾਂ ਲੈ ਕੇ ਗਏ ਆ ਵੀ ਜਗਦੀਸ਼ ਕੁਮਾਰ ਜੱਗਾ, ਉਹ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਸਿਆਸਤ ਵਿੱਚ ਇਹਦਾ ਮੁਕਾਬਲਾ ਕਰਦੇ ਆ। ਕੈਮਰਾਮੈਨ ਮੋਹਿਤ ਦੇ ਨਾਲ ਸੰਦੀਪ ਚੌਧਰੀ, ਨਿਊਜ਼ 18 ਪੰਜਾਬ।